ਪਰਮਜੀਤ ਕੌਰ। ਹਾਂਜੀ, ਕਿਹੜੀ ਕਲੋਨੀ ਜੀ? ਅਸੀਂ ਖੂਹ ਗੁਰੂ ਅਰਜਨ ਦੇਵ ਨਗਰ। ਕੀ ਸਮੱਸਿਆ ਆ ਰਹੀ ਹੈ ਇੱਥੇ? ਭਾਜੀ, ਇੱਥੇ ਪਾਣੀ ਦੀ ਪ੍ਰੋਬਲਮ ਆ ਰਹੀ ਹੈ। ਅੱਧਾ ਖੂਹ ਆਪਣਾ ਸੂਆ ਬਣਾਤਾ, ਅੱਗੇ ਅੱਧਾ ਸਾਡੇ ਅੱਬੂ ਹੈਗੇ, ਕੱਚਾ ਛੱਡਤਾ, ਅੱਜ ਪਾਣੀ ਵੀ ਛੱਡਤਾ ਇਹਨਾਂ ਨੇ। ਦੋ ਤਿੰਨ ਦਿਨ ਹੋ ਗਏ ਆ, ਉਦਾਂ ਹੀ ਸਾਡਾ ਗਲੀਆਂ 'ਚ ਵੀ ਪਾਣੀ ਖੜਾ, ਗਲੀਆਂ ਬਹਿ ਵੀ ਗਈਆਂ ਅੱਗੇ ਨਾਲੋਂ। ਨਗਰ ਨਿਗਮ ਨੂੰ ਇਸ ਬਾਰੇ ਜਾਣਕਾਰੀ? ਹਾਂਜੀ, ਦਿੱਤੀ ਗਈ ਹੈ ਜੀ, ਪਰ ਕੋਈ ਕਿਸੇ ਦੀ ਕੋਈ ਜਾਣਕਾਰੀ ਪਤਾਵਾਰ ਆਏ ਨਹੀਂ ਦੇਖਣ ਹੁਣ ਕਿ ਹਾਂ ਵੀ ਇੱਥੇ ਪਾਣੀ ਪਿਆ ਜਾਂ ਕਿੱਦਾਂ ਆ। ਉਹ ਕਹਿੰਦੇ ਸੀਵਰੇਜ ਪਾ ਰਹੇ ਆ, ਸੀਵਰੇਜ ਦਾ ਸੀਵਰੇਜ ਭਾਜੀ ਥੋੜ੍ਹਾ ਜਿਹਾ ਉੱਧਰ ਪੁੱਟ ਕੇ ਚੱਲ ਗਏ ਆ, ਇੱਧਰ ਗਾਂ ਤਾਂ ਕੋਈ ਆਇਆ ਹੀ ਨਹੀਂ ਅਜੇ, ਉੱਦਾਂ ਤਾਂ ਉੱਦਾਂ ਹੀ ਪਾਣੀ ਫਿਰਦਾ। ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ? ਪ੍ਰਸ਼ਾਸਨ ਨੂੰ ਕਹਿੰਦੇ ਵੀ ਸੀਵਰੇਜ ਪੈਣੇ ਚਾਹੀਦੇ ਆ, ਸਾਡਾ ਇੱਧਰ ਸਾਰਾ ਸਾਫ਼ ਹੋਣਾ ਚਾਹੀਦਾ, ਸੂਆ ਬਣਨਾ ਚਾਹੀਦਾ, ਸਾਡੇ ਪਾਣੀ ਦਾ ਨਿਕਾਸ ਹੋਣਾ ਚਾਹੀਦਾ, ਪਾਣੀ ਦਾ ਵੀ ਨਿਕਾਸ ਹੋਣਾ ਚਾਹੀਦਾ। ਸਭ ਤੋਂ ਵੱਡੀ ਗੱਲ ਸੂਏ ਪਾਣੀ ਬਣ ਨਿਕਾਸ ਹੋ ਜਾਣਾ ਚਾਹੀਦਾ ਸਾਡਾ। ਨਹਿਰੀ ਵਿਭਾਗ ਨੇ ਪਾਣੀ ਬੰਦ ਕਰ ਦਿੱਤਾ ਤੇ ਗੰਦੇ ਪਾਣੀ ਦਾ ਜਿਹੜਾ ਸੀ ਨਿਕਾਸ ਕੋਈ ਨਹੀਂ ਆ। ਵੇਖੋ ਪਾਣੀ ਅਜੇ ਵੀ ਮਤਲਬ ਖੜਾ ਹੈਗਾ ਵਾ, ਤੇ ਉਧਰੋਂ ਸੂਏ ਦਾ ਕੰਮ ਜਿਹੜਾ ਸੀ ਉਹ ਅੱਧ ਵਿਚਕਾਲੇ ਛੱਡ ਕੇ ਤੇ ਠੇਕੇਦਾਰ ਉਹ ਭੱਜ ਗਿਆ, ਉਹ ਸੂਏ ਦਾ ਕੰਮ ਕੰਪਲੀਟ ਪੱਕਾ ਨਹੀਂ ਉਹਨੂੰ ਕੀਤਾ। ਅਤੇ ਕੱਲ੍ਹ ਦਾ ਹੁਣ ਨਹਿਰੀ ਵਿਭਾਗ ਨੇ ਸੂਏ ਦੇ ਵਿੱਚ ਪਾਣੀ ਲੋੜ ਤੋਂ ਜ਼ਿਆਦਾ ਛੱਡ ਦਿੱਤਾ ਵਾ, ਜਿਹੜਾ ਘਰਾਂ ਦੇ ਵਿੱਚ ਆਉਣ ਡਿਆ ਵਾ। ਅਤੇ ਇਹ ਸੂਏ ਆਪਣਾ ਜਿਹੜਾ ਕੰਮ ਸੀ ਨਾ ਗੰਦੇ ਨਾਲੇ ਦਾ, ਇਹ ਦੋ ਤਿੰਨ ਦਿਨ ਇਹ ਸ਼ੁਰੂ ਹੋਇਆ ਸੀ, ਇਹ ਵੀ ਠੇਕੇਦਾਰ ਹੁਣ ਜਿਹੜਾ ਵੀ ਕੰਮ ਛੱਡ ਕੇ ਭੱਜ ਗਿਆ। ਕੋਈ ਸਮਝ ਨਹੀਂ ਲੱਗਣ ਡੇ ਵੀ 4-5 ਮਹੀਨੇ ਤੋਂ ਜਿਹੜੇ ਇਲਾਕਾ ਨਿਵਾਸੀ ਸਾਰੇ ਪਰੇਸ਼ਾਨ ਹੋਏ ਪਏ ਆ। ਇੱਕ ਟੈਂਕਰ ਆਉਂਦਾ ਵਾ, ਉਹ 4-5 ਟੈਂਕਰ ਲੈ ਗਿਆ, ਅਤੇ ਇਹ ਕੋਈ ਸਮੱਸਿਆ ਹੱਲ ਨਹੀਂ ਹੈਗੀ। ਪ੍ਰਸ਼ਾਸਨ ਨੂੰ ਤੁਸੀਂ ਇਸ ਬਾਰੇ ਜਾਣਕਾਰੀ ਦਿੱਤੀ? ਪ੍ਰਸ਼ਾਸਨ ਨੂੰ ਇੱਥੇ ਪਹਿਲਾਂ ਕਿਸਾਨ ਯੂਨੀਅਨ ਸਰਦਾਰ ਦਲਜੀਤ ਸਿੰਘ ਖਾਲਸਾ, ਉਹਨਾਂ ਨੇ ਇੱਥੇ ਮਿਊਂਸੀਪਲ ਕਮੇਟੀ ਦੇ ਅੱਗੇ ਧਰਨਾ ਵੀ ਲਗਾਇਆ ਸੀ। ਉਹਨਾਂ ਨੇ ਲਿਖਤੀ ਮੰਗ ਪੱਤਰ ਜਿਹੜਾ ਲਿਖਤੀ ਦਿੱਤਾ ਸੀ ਵੀ 1 ਮਹੀਨੇ ਦੇ ਵਿੱਚ ਤੁਹਾਡਾ ਕੰਮ ਜਿਹੜਾ ਸੀਵਰੇਜ ਦਾ ਸ਼ੁਰੂ ਹੋ ਜਾਊਗਾ ਖੂਹ ਗੁਰੂ ਅਰਜਨ ਦੇਵ ਦਾ, ਜਦਕਿ ਹੁਣ 2 ਮਹੀਨੇ ਹੋ ਗਏ ਆ ਸ਼ੁਰੂ, 1 ਦਿਨ ਹੋਇਆ ਸ਼ੁਰੂ ਅਤੇ ਬਸ ਉਹ 1 ਦਿਨ ਕੰਮ ਚੱਲਿਆ ਅਤੇ ਹੁਣ ਉਹ ਕੰਮ ਫਿਰ ਬੰਦ ਠੱਪ ਹੋਇਆ ਪਿਆ। ਕਹਿੰਦੇ ETU ਦਾ ਸ਼ਹਿਰ ਹੈਗਾ, ਕਹਿੰਦੇ ਮੇਰੇ ਸ਼ਹਿਰ ਦੀ ਸਫਾਈ ਬਹੁਤ ਹੈਗੀ ਹੈ। ਹਾਂਜੀ, ਸਫਾਈ ਤੁਸੀਂ ਵੇਖਣੀ ਡੈ ਜੇ, ਤੁਸੀਂ ਤਸਵੀਰਾਂ ਲੈ ਸਕਦੇ ਜੇ। ਜੇ ਤੁਹਾਡੀਆਂ ਸਮੱਸਿਆ ਦਾ ਹੱਲ ਨਹੀਂ ਹੁੰਦਾ ਕਿ ਅੱਗੇ ਕੀ ਤੁਹਾਡੀ ਰਣਨੀਤੀ ਤਿਆਰ ਕੀਤੀ ਤੁਸੀਂ? ਅੱਗੇ ਵੇਖੋ ਜੀ, ਅਸੀਂ 2-3 ਦਿਨ ਤੱਕ ਆਪਣੀ ਪਾਰਟੀ ਜਿਹੜੇ ਆਪਣਾ ਕਿਸਾਨ ਯੂਨੀਅਨ ਦੇ ਦਲਜੀਤ ਸਿੰਘ ਖਾਲਸਾ ਉਹਨਾਂ ਨਾਲ ਪ੍ਰੋਗਰਾਮ ਬਣਾ ਕੇ ਅਤੇ ਅਸੀਂ ਘਾਹ ਮੰਡੀ ਚੌਂਕ ਜਿਹੜਾ ਇਹਨੂੰ ਘੇਰਾਂਗੇ ਅਤੇ ਪੂਰੀ ਨਾਕਾਬੰਦੀ ਬੰਦ ਕਰਾਂਗੇ। ਅਤੇ ਅਸੀਂ ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ ਜਿਹੜੇ, ਉਹਨਾਂ ਦੇ ਨੋਟਿਸ 'ਚ ਬੜੀ ਵਾਰੀ ਲਿਆਂਦਾ ਵਾ, ਉਹ ਵੀ ਉਦਣ 5-6 ਦਿਨ ਹੋਏ ਆਏ ਫੋਟੋਆਂ ਖਿਚਾ ਕੇ ਵੀ ਅਸੀਂ ਬਹੁਤ ਵਿਕਾਸ ਕਰ ਰਹੇ ਹਾਂ, ਸਾਡੀ ਸਰਕਾਰ ਬਹੁਤ ਵਿਕਾਸ ਕਰ ਰਹੀ, ਜਦਕਿ ਵਿਕਾਸ ਤੁਸੀਂ ਵੇਖਣੀ ਡੈ ਜੇ ਹੁਣ।